जल सप्लाई ते सैनिटेशन कंट्रैक्ट वर्कर यूनियन की मुख्यमंत्री पंजाब भगवंत मान दे नाल आज मीटिंग रखी गई है। दस दिए कि यह मीटिंग 11 बजे पंजाब सकत्तरेत विखे होएगी ते मुख्यमंत्री सामने मंगा रखी जाएगियां। दस दिए कि जल सैनिटेशन अते सप्लाई कंट्रैक्ट वर्कर ने जिहड़े उन्हां द्वारा अपनियां मंगां मुख्यमंत्री पंजाब भगवंत मान होरां दे अगे रखी जाएगियां ते मंग की जाएगी। तो उस तो बाद हो सकता कि पंजाब सरकार इन्हां मंगां प्रति कोई वड्डा फैसला भी लै सकती है। दस दी कि अज 11 बजे पंजाब सकत्तरेत विखे जल सप्लाई ते सैनिटेशन कंट्रैक्ट वर्कर यूनियन दे वर्करां दी मुख्यमंत्री होरां दे नाल मीटिंग रखी गई है 11 बजे पंजाब सकत्तरेत विखे, जिथे तमाम मंगां तो रूबरू होणगे मुख्यमंत्री पंजाब ते उहनां नूं हल किदां करना है इस नूं लै के मंथन होएगा, इस नूं लै के गलबात होएगी, विचार चर्चा होएगी। उस तो बाद कोई वड्डा फैसला भी सरकार सुना सकती है। ਤਾਂ ਫੋਨ ਲਾਈਨ 'ਤੇ ਮੌਜੂਦ ਨੇ ਸਾਡੇ ਸਹਿਯੋਗੀ ਅਨਮੋਲ ਗੁਲਾਟੀ। ਅਨਮੋਲ, ਕੀ ਜਾਣਕਾਰੀ ਹੈ? ਕਾਫੀ ਮੀਟਿੰਗਾਂ ਦਾ ਦੌਰ ਜਿੱਥੇ ਲਗਾਤਾਰ ਵੱਖ ਵੱਖ ਤਬਕਿਆਂ ਦੇ ਨਾਲ ਜਾਰੀ ਹੈ, ਉੱਥੇ ਹੀ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਹੋਣ ਜਾ ਰਹੀ ਹੈ। ਸਰਕਾਰ ਕਿਤੇ ਨਾ ਕਿਤੇ ਖੁਸ਼ ਕਰਦੀ ਨਜ਼ਰ ਆ ਰਹੀ ਹੈ, ਤਾਂ ਉਹਦੇ ਵਿੱਚ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਜਿਹੜੇ ਕੰਟਰੈਕਟ ਵਰਕਰ ਨੇ ਉਹਨਾਂ ਵੱਲੋਂ ਵੀ ਸਮਾਂ ਮੰਗਿਆ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ, ਇੱਕ ਸਮਾਂ ਜਿਹੜਾ ਕਿ ਉਹ ਦਿੱਤਾ ਗਿਆ ਸੀਗਾ ਤੇ ਅੱਜ 11 ਵਜੇ ਇਹ ਮੁਲਾਕਾਤ ਜਿਹੜੀ ਕਿ ਹੋਣ ਜਾ ਰਹੀ ਹੈ। ਇਸ ਮੁਲਾਕਾਤ ਦੇ ਵਿੱਚ ਮੁੱਖ ਤੌਰ ਤੇ ਆਪਣੀ ਮੰਗਾਂ ਜਿਹੜੀਆਂ ਰੱਖੀ ਜਾਣਗੀਆਂ ਤਮਾਮ ਕੰਟਰੈਕਟ ਵਰਕਰਸ ਵੱਲੋਂ, ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹਨਾਂ ਨੂੰ ਪੱਕਾ ਕੀਤਾ ਜਾਵੇ। ਉਸ ਤੋਂ ਇਲਾਵਾ ਹੋਰ ਵੀ ਅਲਾਊਂਸਿਸ ਨੂੰ ਲੈ ਕੇ ਵੀ ਕਾਫੀ ਮੰਗਾਂ ਨੇ, ਉਹ ਤਮਾਮ ਮੰਗਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਰੱਖੀ ਜਾ ਸਕਦੀਆਂ ਨੇ ਇਸ ਮੀਟਿੰਗ ਦੇ ਵਿੱਚ। ਠੀਕ ਹੈ ਅਨਮੋਲ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਂਝਾ ਕਰਨ ਦੇ ਲਈ। ਸੋ ਦੱਸ ਦਈਏ ਕਿ ਅੱਜ 11 ਵਜੇ ਪੰਜਾਬ ਸਕੱਤਰੇਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਦੀ ਜੋ ਮੀਟਿੰਗ ਹੈ ਉਹ ਰੱਖੀ ਗਈ ਹੈ ਮੁੱਖ ਮੰਤਰੀ ਹੋਰਾਂ ਦੇ ਨਾਲ, ਅਤੇ ਤਮਾਮ ਮੰਗਾਂ ਮੁੱਖ ਮੰਤਰੀ ਹੋਰਾਂ ਦੇ ਸਾਹਮਣੇ ਰੱਖੀਆਂ ਜਾਣਗੀਆਂ। ਅਤੇ ਉਸ ਤੋਂ ਬਾਅਦ ਕੋਈ ਫੈਸਲਾ ਲੈ ਸਕਦੀ ਹੈ ਸੂਬਾ ਸਰਕਾਰ।